ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਆਏ ਹਾਂ CPCT ਮਾਲ, CP67। ਅੱਛਾ, CPCT ਆਇਆ ਹੈ, CP67 ਮਾਲ ਫਿਲਮ ਵੇਖਣ ਲਈ। ਅਤੇ ਚੱਲਦੇ ਹਾਂ, ਆ ਜਾਓ ਇੱਧਰ ਵੇਖਿਓ। ਤੇਰੇ ਲੱਖ ਫੋਲੋਵਰ ਹੋਏ ਤੇ ਮੈਂ ਤੈਨੂੰ ਇੱਕ ਟੈਡੀ ਬੀਅਰ ਗਿਫਟ ਕਰਨਾ ਚਾਹੁੰਦਾ, ਇਸ ਲਈ ਮੈਂ ਤੈਨੂੰ ਇਸ ਮਾਲ ਦੇ ਵਿੱਚ ਲੈ ਕੇ ਆਇਆ ਵਾਂ। ਤੂੰ ਯਾਰ ਨਾਲ ਜੇ ਤਾਂ ਤੂੰ ਉਹਨੂੰ ਕੈਰੀ ਕਰ ਸਕੇਗੀ, ਨਾਲ ਲੈ ਕੇ ਜਾ ਸਕੇਗੀ ਕਿਤੇ ਵੀ, ਤੂੰ ਘਰੇ ਕਿੱਦਾਂ ਲੈ ਕੇ ਜਾਣਾ ਤੇਰੀ ਮਰਜ਼ੀ ਹੈ, ਤੇਰੀ ਉੱਤੇ ਟੈਲੈਂਟ ਹੈ। ਅੱਛਾ, ਪਰ ਮੈਂ ਤੈਨੂੰ ਗਿਫਟ ਕਰ ਦੇਣਾ, ਆ ਜਾ ਟੈਡੀ ਬੀਅਰ। ਹਾਏ, ਮੇਰੇ ਯੂਟਿਊਬ ਤੇ 1 ਲੱਖ ਫੋਲੋਵਰ ਹੋਇਆ ਆ ਤੇ ਕਵਲ ਮੈਨੂੰ ਟੈਡੀ ਬੀਅਰ ਗਿਫਟ ਕਰਨ ਲੱਗਿਆ, ਤੇ ਆਈ ਐਮ ਸੋ ਐਕਸਾਈਟਿਡ ਕਿ ਮੈਨੂੰ ਫਾਈਨਲੀ ਕੋਈ ਗਿਫਟ ਤੇ ਮਿਲੂਗਾ। ਮੈਨੂੰ ਗਿਫਟ ਨਹੀਂ ਮਿਲਦੇ ਯਾਰ, ਵਿਆਹ ਤੋਂ ਬਾਅਦ ਨਾ ਇਹੋ ਪੰਗਾ ਹੀ ਆ। ਲੱਖ ਫੋਲੋਵਰ ਹੋਣ ਦੇ, ਸਬਸਕ੍ਰਾਈਬਰਸ 1 ਲੱਖ ਹੋਣ ਦੇ ਜਿਹੜੀ ਖੁਸ਼ੀ ਦੇ ਵਿੱਚ ਮੈਂ ਤੈਨੂੰ ਇੱਕ ਗਿਫਟ ਦੇਣਾ ਚਾਹੁੰਦਾ ਹਾਂ, ਉਹ ਇੱਕ ਛੋਟਾ ਜਿਹਾ ਟੈਡੀ ਬੀਅਰ। ਅਤੇ ਇਹ ਰਿਹਾ ਉਹ ਟੈਡੀ ਬੀਅਰ, ਜ਼ਰੂਰ ਤੂੰ ਇਹਨੂੰ ਹੁਣ ਤੂੰ ਘਰੇ ਲਿਜਾ ਸਕਦੀ ਹੈ, ਖੇਡ ਸਕਦੀ ਹੈ, ਠੀਕ ਹੈ। ਇਹ ਹੈ ਉਹ ਟੈਡੀ ਬੀਅਰ ਜਿਹੜਾ ਮੈਨੂੰ ਮਿਲਿਆ ਆ, ਅਤੇ ਹੁਣ ਬਸ ਅਸੀਂ ਜਾ ਰਹੇ ਹਾਂ ਦੋਸਤੋ ਇੱਕ ਵੱਡਾ ਜਿਹਾ ਟਰੱਕ ਬੁੱਕ ਕਰਨ ਵਾਸਤੇ, ਕਿਉਂਕਿ ਇਹਨੂੰ ਅਸੀਂ ਘਰੇ ਖੜਨਾ ਆ, ਅਤੇ ਲੈ ਕੇ ਕਿੱਦਾਂ ਜਾਣਾ ਇਹ ਮੈਨੂੰ ਨਹੀਂ ਪਤਾ। ਬਿਲਕੁਲ ਛੋਟਾ ਜਿਹਾ ਟੈਡੀ ਬੀਅਰ ਆ, ਕੋਈ ਜ਼ਿਆਦਾ ਵੱਡਾ ਨਹੀਂ ਗਾ, ਬਹੁਤ ਛੋਟਾ ਜਿਹਾ ਟੈਡੀ ਬੀਅਰ ਆ ਜਿਹੜਾ ਮੈਨੂੰ ਗਿਫਟ 'ਚ ਮਿਲਿਆ ਆ। ਫਿਰ ਉੱਥੇ ਸੀਗਾ ਮਾਰਸ ਦਾ ਨਵਾਂ ਖੁੱਲ੍ਹਿਆ ਸਟੋਲ, ਅਤੇ ਉੱਥੇ ਮੈਂ ਗਈ ਔਰ ਉਹਨਾਂ ਨੇ ਮੈਨੂੰ ਮੇਕਅਪ ਦਿਖਾਇਆ ਔਰ ਉਹਨਾਂ ਨੇ ਮੈਨੂੰ ਪਛਾਣ ਵੀ ਲਿਆ, ਫਿਰ ਉਹਨਾਂ ਨੇ ਹੋਰ ਵਧੀਆ ਤਰੀਕੇ ਮੈਨੂੰ ਮੇਕਅਪ ਦਿਖਾਇਆ। ਵੈਸੇ ਮਾਰਸ ਬਹੁਤ ਹੀ ਅਫੋਰਡੇਬਲ ਬ੍ਰਾਂਡ ਹੈ ਔਰ ਇਹਨਾਂ ਦੀਆਂ ਲਿਪਸਟਿਕਸ ਵਗੈਰਾ ਕਾਫੀ ਅੱਛਾ ਸਟੇ ਕਰ ਜਾਂਦੀਆਂ ਨੇ, ਮਤਲਬ ਪਹਿਲਾਂ ਇਹਨੂੰ ਸਸਤੇ ਬ੍ਰਾਂਡ ਕਹਿ ਕੇ ਟਾਲ ਦਿੱਤਾ ਜਾਂਦਾ ਸੀਗਾ, ਪਰ ਅੱਜ ਦੇ ਤਰੀਕ 'ਚ ਅਗਰ ਤੁਸੀਂ ਇਹਨਾਂ ਦਾ ਸਮਾਨ ਯੂਜ਼ ਕਰੋਗੇ ਨਾ, ਕੋਈ ਪ੍ਰਮੋਸ਼ਨ ਨਹੀਂ ਹੈ, ਵੈਸੇ ਇਹਨਾਂ ਦਾ ਬਹੁਤ ਅੱਛਾ ਹੁੰਦਾ ਹੈ, ਲਿਪਸਟਿਕਸ ਵੀ ਬਹੁਤ ਵਧੀਆ ਹੁੰਦੀਆਂ ਨੇ ਔਰ ਇਹਨਾਂ ਦੀਆਂ ਫੇਸ ਫਾਊਂਡੇਸ਼ਨਸ ਆਲ ਸਭ ਵਧੀਆ ਹੁੰਦਾ ਹੈ। ਸੋ ਮੈਂ ਥੋੜ੍ਹੀ ਜਿਹੀ ਸ਼ੋਪਿੰਗ ਕੀਤੀ ਅਤੇ 1-2 ਮੈਨੂੰ ਗਿਫਟ ਵੀ ਮਿਲੇ। ਮੈਂ ਇੱਕ ਆਈ ਸ਼ੈਡੋ ਪੈਲਟ ਬਾਏ ਕੀਤਾ, 1-2 ਲਿਪਸਟਿਕਸ ਬਾਏ ਕੀਤੀਆਂ, ਅਤੇ ਮੈਨੂੰ ਲਿਪ ਗਲੋਸ ਫ੍ਰੀ ਮਿਲੀ ਔਰ ਕੀ ਬਾਏ ਕੀਤਾ ਸੀ, ਹਾਂ ਇੱਕ ਬ੍ਰਸ਼ ਬਾਏ ਕੀਤਾ ਸੀ। ਸੀ ਮਾਲ 'ਤੇ ਉੱਥੇ ਖੁੱਲ੍ਹਿਆ ਮਾਰਸ ਦਾ ਨਵਾਂ, ਹੈ ਨਾ, ਸ਼ੋਰੂਮ ਕਹਿ ਲਓ ਜਾਂ, ਅਤੇ ਉਹਨਾਂ ਨੇ ਮੈਨੂੰ ਪਛਾਣ ਲਿਆ ਅਤੇ ਮੈਨੂੰ ਗਿਫਟ ਵੀ ਮਿਲੇ ਅਤੇ ਮੈਂ ਸ਼ੋਪਿੰਗ ਵੀ ਕੀਤੀ ਆ। ਵੇਖੋ ਗਾਹਕੀ ਦਾ ਟਾਈਮ ਹੈ ਤੇ ਦੁਕਾਨ ਛੱਡ ਕੇ ਚੱਲ ਗਏ ਨੇ, ਦੱਸੋ ਇਹਨਾਂ ਨੂੰ ਪਤਾ ਨਹੀਂ ਵੀ ਗਾਹਕ ਆਏ, ਵੀ ਹੱਟੀ ਦੇ ਬਹੋਗੇ ਤੇ ਫੇਰ ਹੀ ਗਾਹਕ ਭਗਤਾਉਂਗੇ। ਮੈਂ ਆਪਣਾ ਆਰਡਰ ਕਰ ਰਹੀ ਹਾਂ ਅਤੇ ਕਵਲ ਹੁਣ ਡੋਮੀਨੋਜ਼ ਤੋਂ ਪੀਜ਼ਾ ਖਾਣਾ ਚਾਹੁੰਦੇ ਨੇ, ਸੋ ਉਹ ਆਪਣਾ ਆਰਡਰ ਕਰਨਗੇ, ਪਰ ਡੋਮੀਨੋਜ਼ ਵਾਲੇ ਜਿਹੜੇ ਨੇ ਮੁੱਕਰ ਗਏ ਨੇ, ਉਹ ਹੈ ਨਹੀਂ ਇੱਥੇ। ਸੋ ਦੋਸਤੋ, ਮੈਂ ਆਰਡਰ ਕੀਤਾ ਸੀ ਫਸਟ ਟਾਈਮ ਆ ਟਾਕੋ ਬੈਲ ਵਾਲਿਆਂ ਤੋਂ, ਇਹਨਾਂ ਕੋਲੋਂ ਮੈਂ ਇੱਕ ਟਾਕੋ ਆਰਡਰ ਕੀਤਾ ਸੀਗਾ ਅਤੇ ਮੈਂ ਸੋਚਿਆ ਸੀਗਾ ਵੀ ਚੱਲ ਮੇਰਾ ਸਰਦੂਗਾ ਅਤੇ ਐਡਾ ਕਿਆ, ਪਤਾ ਨਹੀਂ ਮੈਂ ਹੁਣ ਕੀ ਕਰੂੰਗੀ। ਨਾਲ ਆ ਫੁੱਲਵੜੀਆਂ ਦਿੱਤੀਆਂ ਨੇ ਇਹਨਾਂ ਨੇ ਸਾਨੂੰ ਖਾਣ ਨੂੰ, ਨਾ ਵੱਲਾ ਜਿਹਾ ਰੱਖਿਆ ਸੀਗਾ ਬਟ ਅਸਲ 'ਚ ਇਹ ਫੁੱਲਵੜੀਆਂ ਨੇ। ਟਾਕੋ ਵੈਲੋ, ਟਾਕੋ ਵੈਲੋ, ਟਾਕੋ ਵੈਲੋ, ਇਹਨੂੰ ਖਾ ਲਓ। ਕਵਲ ਆਪਣਾ ਬਰਗਰ ਖਾਣ ਲੱਗੇ ਆ ਅਤੇ ਮੈਂ ਮਾਲ 'ਚ ਆ ਕੇ ਵੀ ਫੁੱਲਵੜੀਆਂ ਖਾਣ ਲਈ ਹਾਂ। 1 ਲੱਖ ਸਬਸਕ੍ਰਾਈਬਰ ਮੈਨੂੰ ਮੂੰਹ 'ਚ ਅੜ ਜਾਂਦਾ ਹੋਣ ਦੀ ਖੁਸ਼ੀ 'ਚ ਬਰਗਰ, ਹਾਂ ਇਕੱਲੇ ਖਾਈ ਜਾਂਦੇ ਖਾ ਲਾ। ਫਿਰ ਅਸੀਂ ਵੇਖੀ ਮੂਵੀ ਸ਼ਾਇਰ, ਕਿਉਂਕਿ ਮੈਂ ਸਤਿੰਦਰ ਸਰਤਾਜ ਦੀ ਬਹੁਤ ਵੱਡੀ ਫੈਨ ਆ, ਪਰ ਮੂਵੀ ਨੇ ਕੁਛ ਬਹੁਤਾ ਮੈਨੂੰ ਖੁਸ਼ ਕੀਤਾ ਨਹੀਂ, ਨਿਰਾਸ਼ ਕੀਤਾ, ਚਲੋ ਛੱਡੋ ਪਰੇ ਉਹ ਗੱਲਾਂ ਬਾਅਦ 'ਚ ਕਰਦੇ ਹਾਂ, ਅਤੇ ਵਧੀਆ ਸੀ, ਠੀਕ ਹੈ। ਟਾਈਮ ਆਹ ਵਾਲਾ ਪੋਚਾ ਲੈ ਕੇ ਦਿਓ ਮੈਨੂੰ ਘਰੇ, ਫਿਰ ਮੈਨੂੰ ਵੀ ਪੈਣਾ ਆਹ ਵਾਲਾ ਪੋਚਾ ਚਾਹੀਦਾ ਮੈਨੂੰ।
ਪੁੱਛਿਆ ਘੱਟ ਝੂਟੇ ਮਾੜੇ ਜਾਦੇ ਇਹ ਚਾਹੀਦਾ ਮੈਨੂੰ ਪਲੀਜ਼ ਕਹਣਾ ਇਹ ਵੀ ਤੁਹੀਏ ਫੇਰ ਨਾ ਵੇਲਾ ਇਹ ਵਾਲਾ ਲੈ ਕੇ ਦੋ ਪੋਚਾ ਮੈਨੂੰ ਨਹੀਂ ਪਤਾ ਰਮਨ ਹੁਣੀ ਘਰੇ ਹੀ ਸੀਗੇ ਸੋ ਉਹਨਾਂ ਵਾਸਤੇ ਅਸੀਂ ਪੈਕ ਕਰਾਏ ਸਪਰਿੰਗ ਰੋਲਸ ਐਂਡ ਕੁਰਕੁਰੇ ਮੋਮੋਸ ਇਹ ਸਟਾਲ ਹੈ ਮੋਹਾਲੀ 7 ਫੇਸ ਲੱਗਦਾ ਹੈ ਔਰ ਬਹੁਤ ਵਧੀਆ ਹੁੰਦਾ ਹੈ ਇਹਨਾਂ ਦਾ ਸਮਾਨ ਅਤੇ ਉਸ ਤੋਂ ਬਾਅਦ ਅਗਲੇ ਦਿਨ ਮੋਰਨਿੰਗ ਦੀ ਕਲਿੱਪ ਹੈ ਰਮਨ ਹੁਣੀ ਜਾ ਰਹੇ ਨੇ ਫਿਰ ਅਸੀਂ ਇਹਨਾਂ ਨੂੰ ਕੀਤੀ ਗੁੱਡ ਬਾਏ ਇਹ ਜਾ ਰਹੇ ਨੇ ਘਰੇ ਤੇ ਥੈਂਕ ਯੂ ਸੋ ਮਚ ਵਲੋਗ ਵੇਖਣ ਲਈ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਵਾਲਾ ਵਲੋਗ ਬਹੁਤ ਪਸੰਦ ਆਇਆ ਹੋਊਗਾ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਂ ਹੋਰ ਵੱਧ ਤੋਂ ਵੱਧ ਵਲੋਗਿੰਗ ਕਰ ਸਕਾਂ ਥੈਂਕ ਯੂ ਸੋ ਮਚ ਦੋਸਤੋ